ਤੇਰਾ ਕੱਢਣਾ ਬੜਾ ਤਰੀਕੇ ਦਾ ਬੇਸੀ ਸੀ। ਅਸਲਾਮ ਵਾਲੇਕੁਮ ਜੀ, ਉਮੀਦ ਕਰਦਾ ਸਾਂ ਸਾਰੇ ਠੀਕ ਹੋ। ਸੋ ਵੀਡੀਓ ਨਾ ਕਰਨੇ ਆ ਜੀ, ਆਗਾਜ਼ ਮੌਜੂਦ ਆ ਜੀ। ਅੱਜ ਬਿਲਕੁਲ ਆਪਣੇ ਪੋਟਾ ਸ਼ੇਰ ਡੋਗ ਸਿੰਬੇ ਨਾਲ ਬਿਲਕੁਲ ਕਸਾ 'ਚ ਆਉਣੇ। ਸਿੰਬਲਾ ਵਾਲੀ ਕਸ ਬੜੀ ਮਸ਼ਹੂਰ ਹੈ, ਉਹ ਉੱਪਰ ਖੂਹ ਹੈ ਜਨਾਬ, ਗੱਡੀ ਨਾਲ ਇਸ ਪੈਸਾ ਸਾਹਮਣੇ ਖੂਹ ਹੈ ਜੀ, ਸਿੰਬਲਾ ਵਾਲਾ ਖੂਹ। ਪਾਣੀ ਬਿਲਕੁਲ ਨਾਲ ਹੈ, ਬੁਣਾਈ ਆ ਨਾਲੇ ਵਿੱਚ, ਇਹ ਪੁੱਛੀ ਆ ਤਕਰੀਬਨ ਉਹ 2-3 ਦਿਨਾਂ ਵਿੱਚ ਜਿਹੜਾ ਖੂਹ ਹੈ ਨਸ਼ੇ ਦੀ ਨਾਲੇ 'ਚ ਪਾਣੀ ਆਈ ਜਾਂ ਸੀ। ਅੱਜ ਕਰਨੇ ਆ ਅਸਾਂ ਜੀ ਬਿਜਕਲਾਂ, ਕਾਫੀ ਦਿਹਾੜੇ ਹੋਏ ਕਿ ਸ਼ਿਕਾਰ ਕਰਨੇ ਹੋਏ, ਅਸਾਂ ਹੈ ਚਲੋ ਅੱਜ ਬੱਚੇ ਪਟਰਾਈ ਮਾਰਨੇ ਆ ਅਤੇ ਹੁਣ ਬੱਚਾ ਲਪਟ ਸਾਂ ਇੱਥੋਂ, ਅਤੇ ਫਿਰ ਕੋਈ ਅਗਲੀ ਗੱਲ ਜਿਹੜੀ ਹੈ ਨਾ ਫਿਰ ਤੱਕਣੇ ਆ ਕਿ ਕਿਹੜੀ ਜਗ੍ਹਾ ਅਸਾਂ ਬਹਿਣਾ ਹੈ, ਕਿਹੜੀ ਜਗ੍ਹਾ ਪੁਆਇੰਟ ਸਿਲੈਕਟ ਕਰਨੇ ਨੂੰ। ਦਿਲ ਤਾਂ ਐਸੀ ਨਾਲੇ 'ਚ ਬਹਿਣੇ ਨੇ, ਪਰ ਨਾਲੇ 'ਚ ਹੁਣ ਤੱਕ ਆ ਕਿ ਮੰਝਾਂ ਕਾਫੀ ਬੈਠੀਆਂ ਰਹੀਆਂ ਇੱਥੇ, ਅਤੇ ਬਸ ਕਾਫੀ ਕਚੋਲ ਕੇ ਚਾਲਾ ਕੀਤਾ ਨੇ, ਤਾਂ ਪਾਣੀ ਕਾਫੀ ਗੰਦਲਾ ਕਰੀ ਗਈਆਂ। ਚਲੋ ਫਿਰ ਵੀ ਤੱਕ ਸਾਂ ਥੋੜ੍ਹਾ ਪਿੱਛਾ ਜਾਈਦਾ, 2-3 ਵੇਟਾਂ ਵਾਲੀਆਂ ਡੋਰਾਂ ਲਾਸਾਂ, ਬਾਕੀ ਕਾਕਾ ਸ਼ਿਕਾਰ ਕਰਸਾਂ। ਕੋਸ਼ਿਸ਼ ਹੈ ਜੀ ਅੱਜ ਬਾਂਬ ਫਿਸ਼ਣਾ ਸ਼ਿਕਾਰ ਹੋਇਆ ਜਾਂ ਕੋਈ ਮੱਲੀ ਛੱਲੀ ਲੱਗਿਆ, ਠੀਕ ਹੈ ਜੀ। ਜੋ ਕੁਝ ਹੋਇਆ ਤੁਹਾਨੂੰ ਸ਼ੇਅਰ ਕਰਸਾਂ, ਬਾਕੀ ਹੁਣ ਬੱਚੇ ਲੱਭਣੇ ਆ। ਲੱਗਣਾ ਕਿ ਅੱਜ ਕੋਈ ਮਾਮਲਾ ਗੜਬੜੀ ਆ। ਬਾਤ ਹੋਈ ਗਈ ਜੀ, ਗੁਲਫਾਮ ਨਾ ਬੱਚਾ ਆ ਗਿਆ, ਇੱਕ ਲੱਭਾ ਇਨਸ਼ਾਅੱਲਾ ਬੱਚਾ ਆਸਾ ਆਸਾ ਲੱਭ ਸੀ ਅਸਾਂ ਕਿਉਂ, ਠੀਕ ਹੈ ਜੀ। ਹੁਣੀ ਆ ਬੱਚੇ ਲੱਭੜੀ ਕਿੰਨੇ ਆ, ਤੇ ਇਹ ਤਾਂ ਕੀ ਕਰੋ, ਬੱਚਾ ਅਸੀਂ ਸ਼ੋਅ ਕਰਨੇ ਆ। ਇਹ ਗੁਲਫਾਮ ਨਾ ਬੱਚਾ ਜੀ, ਤੱਕੋ ਮਾਸ਼ਾਅੱਲਾ, ਤੇ ਇਸ ਤੋਂ ਬਾਅਦ ਇਨਸ਼ਾਅੱਲਾ ਫਿਰ ਤੁਸੀਂ ਮਿਲਣੇ ਆ ਪੁਆਇੰਟ ਪਰ, ਠੀਕ ਹੈ। ਹਾਂਜੀ ਦੋਸਤੋ, ਬਿਲਕੁਲ ਅਸਾਂ ਬਹਿ ਗਈਆਂ ਜੀ, ਇਹਦਾ ਕੋਲ ਹੀ ਬਿਲਕੁਲ ਇੱਥੋਂ ਬੱਚੇ ਲੱਭੜੇ, ਇਹ ਕੋਲ ਹੀ ਬਹਿ ਗਿਆ ਨਾਲੇ 'ਚ, ਕਿਉਂਕਿ ਕੱਲ੍ਹ ਅਸਾਂ ਇੱਥੇ ਬਿਜਕਲਾਂ ਪਰ ਬੈਠੇ ਸਨ, ਤਾਂ ਅਸਾਂ ਕੀ ਕੋਈ ਚਾਲਾਂ ਛਾਲਾਂ ਚੰਗੀਆਂ ਹੋਣੀਆਂ ਸਨ। ਮੈਂ ਚਲੋ ਇੱਥੇ ਲੰਘ ਸਾਂ, ਜ਼ਮਾਨੇ 'ਚ ਤਾਂ ਬੱਚਿਆਂ ਪਰ ਸ਼ਿਕਾਰ ਹੀ ਹੋਣਾ ਸੀ ਇਸ ਕਸਾਬ ਵਿੱਚ ਨਾਲੇ ਵਿੱਚ, ਠੀਕ ਹੈ। ਇਤਨੇ ਇਤਨੇ ਸੋੜੇ ਨਾਲੇ ਹੋਣੇ ਸੀ, ਤਾਂ ਬੱਚੇ ਲਾਈ ਕਾਕਾ ਜਨਾਬ ਬਾਂਬ ਫਿਸ਼ ਕਰਨੀ ਹੋਣੀ ਸੀ। ਮੈਂ ਚਲੋ ਫਿਰ ਅੱਜ ਤਾਜ਼ਾ ਹੀ ਕਰਨੇ ਆ ਯਾਦ, ਠੀਕ ਹੈ। ਅਤੇ ਇਹ ਤੁਹਾਨੂੰ ਦੱਸਣੇ ਆ, ਇਹ ਡੋਰਾਂ ਅਸਾਂ ਇੱਥੇ ਲਾਈ ਹੋਣੀਆਂ ਕਾਕਾ ਪਸਾਰੀਆਂ, ਇੱਕ ਹੈ ਲੱਗੀ ਵੀ, ਇੱਕ ਹੈ ਲੱਗੀ ਵੀ ਹੈ, ਬਾਕੀ 2 ਅੱਗੇ ਲੱਗੀਆਂ ਵਾ, ਇੱਕੋ ਅੱਗੇ ਵੇਟਾਂ ਵਾਲੀ ਲਾਈ ਵੀ ਹੈ, ਨਾਲ ਘੁੰਗਰੀ ਬੰਨੀ ਹੋਣੀ, ਲੱਗੀ ਤਾਂ ਪਤਾ ਲੱਗੀ ਜਾ ਸੀ, ਠੀਕ ਹੈ ਜੀ। ਅਤੇ ਇਹ ਵੀ ਥੋੜ੍ਹੀ ਜਗ੍ਹਾ ਹੈ, ਇੱਥੇ ਨਾਲਾ ਹੈ ਪਾਰੇ ਪੈਸੇ ਬਿਲਕੁਲ ਹੈ ਨਾਲ ਪਾਰ, ਬਾਕੀ ਉੱਪਰ ਬਾੜੀ ਹੈ। ਅਤੇ ਤੱਕਣੇ ਕਹਿ ਕੋਈ ਸ਼ੁਗਰ ਹੋਣਾ ਨਾਲੇ, ਇੱਧਰ ਬਾਰਿਸ਼ ਵੀ ਲੱਗੀ ਸੀ, ਮੌਸਮ ਬੜਾ ਖਰਾਬ ਹੋਣਾ ਪਿਆ, ਤਾਂ ਬੱਦਲ ਗਜਣਾ ਪਿਆ। ਮੈਂ ਚਲੋ ਨੇੜੇ ਆ, ਅਤੇ ਜੇ ਬਾਰਿਸ਼ ਨਾ ਕੋਈ ਸੀਨ ਬਣਦਾ ਤਾਂ ਬੰਦਾ ਚਲੋ ਨੇੜਿਓਂ ਨੱਸੀ ਜਾ ਸਾਂ, ਤਾਂ ਟੈਨਸ਼ਨ ਨਹੀਂ ਆਉਣਗੀ, ਠੀਕ ਹੈ ਜੀ। ਬਾਕੀ ਇਹ ਬੜੇ ਕਾਰੀ ਨੇ ਪੁਆਇੰਟ ਬਣਸਨ ਜੀ ਅੱਪਰ, ਇਹ ਵੀ ਤੁਸੀਂ ਦੱਸੀ ਹੋਣਾ, ਇਹ ਅੱਪਰ ਜਿਤਨੇ ਵੀ ਇਹ ਬੜੇ ਟਿੰਗਰਿਆਂ ਦੇ ਬੜੇ ਮਾਸ਼ਾਅੱਲਾ ਬੜੇ ਮਸ਼ਹੂਰ ਪੁਆਇੰਟ ਇਹ ਅੱਪਰ, ਇਹ ਸਿੰਬਲ ਨਾਲ ਕਸ ਜਿਸ ਜਾਣੇ, ਉਹ ਉੱਪਰ ਸਿੰਬਲਾਂ ਦਾ ਕਬਰਸਤਾਨ ਹੈ, ਠੀਕ ਹੈ, ਤੁਸੀਂ ਦੱਸਣਾ ਆ ਇਹ ਅੱਪਰ ਕਬਰਸਤਾਨ ਹੈ ਸਿੰਬਲ ਨਾਲ, ਠੀਕ ਹੈ। ਇਸੇ ਨਾਲ ਇਹ ਜਿਹੜੀ ਜਗ੍ਹਾ ਬੁਣ ਬੰਨੀ ਵੀ ਹੈ ਇਹ ਸਾਰੀ, ਕਿਉਂਕਿ ਮਾੜੀ ਕੋਸ਼ਿਸ਼ ਹੋਣੀ ਜੀ ਤੁਸੀਂ ਨਾਲੋ ਨਾਲ ਦੱਸਾਂ ਵੀ ਪੁਆਇੰਟ, ਕੋਈ ਕਾਫੀ ਜੇ ਸ਼ਿਕਾਰੀ ਹਜ਼ਰਾਤ ਇਹ ਦੂਰ ਨੇ ਵਸ਼ਨੇ ਬਾਅਦ ਦਫਾ, ਇਹ ਬਿਲਕੁਲ ਸਾਰੇ ਪੁਆਇੰਟ ਹੈ ਜੀ, ਤੱਕ ਹੀ ਸਕਣੇ ਹੋ ਸਭ ਟਿੰਗਰਿਆਂ ਨੇ, ਤਾਂ ਮੱਲੀਆਂ ਨੇ, ਤਾਂ ਸਪਲਾਂ ਨੇ, ਤਾਂ ਬਿਸ਼ਕਲਾਂ ਦਾ ਸ਼ਿਕਾਰ ਸਾਹਿਬ। ਇਸ ਤੋਂ ਇਲਾਵਾ ਜਨਾਬ ਇਹ ਪਾਰ ਸਭ ਤੋਂ ਬਿਹਤਰੀਨ ਪੁਆਇੰਟ, ਇਹ ਪਾਰ ਹੈ ਜਨਾਬ, ਅਤੇ ਇਹ ਪਾਰਟ ਆਇਆ ਜਿਹੜਾ ਜਨਾਬ ਬਿਹਤਰੀਨ ਪੁਆਇੰਟ, ਅਸਾਂ ਪਿਛਲੇ ਸਾਲ ਇਤਨਾ ਸ਼ਿਕਾਰ ਇੱਥੋਂ ਮਾਰਿਆ ਜਿਤਨਾ ਬੰਦਾ ਸੋਚ ਤੋਂ ਪਰੇ ਆ ਟਿੰਗਰੇ ਨਾਲ, ਖਾਸ ਕਰੀਦਾ ਇਸ ਜਗ੍ਹਾ ਬਹੁਤ ਜ਼ਿਆਦਾ ਸ਼ਿਕਾਰ ਪਿਣਾ ਰਿਹਾ। ਇਹ ਤਾਂ ਕੀ ਸਾਨੂੰ ਜਗ੍ਹਾ ਗਿਆ ਸਾਰੀਆਂ, ਇਹ ਟਾਏ ਬਿਹਤਰੀਨ ਪੁਆਇੰਟ, ਬਿਹਤਰੀਨ, ਠੀਕ ਹੈ ਜੀ। ਹੁਣ ਜੇ ਕੋਈ ਸ਼ੁਗਰ ਲਾਉਣਾ ਤਾਂ ਫਿਰ ਤੁਸੀਂ ਨਾਲੋ ਨਾਲ ਅਪਡੇਟ ਕਰਸਾਂ, ਜੇ ਮੌਸਮ ਹੈ ਇਜਾਜ਼ਤ ਦਿੱਤੀ ਦਾ, ਠੀਕ ਹੈ ਜੀ। ਮਿਲਦੇ ਹਾਂ ਤੁਸੀਂ ਇਨਸ਼ਾਅੱਲਾ। ਇਹ ਮਾਸ਼ਾਅੱਲਾ ਚਾਲ ਹੋਈ ਹੈ ਜੀ, ਕੋਣੀ ਮਿਸ ਹੋਈ ਆ, ਕੋਣ ਇਨਸ਼ਾਅੱਲਾ ਤੁਸੀਂ ਚੈੱਕ ਕਰੋ, ਡੋਰ ਖਾਲੀ ਹੋਈ ਗਈ ਸੀ, ਬੱਚਾ ਕੱਢੀ ਉਹਨੂੰ ਤਾਂ ਲਾਓ, ਇਸ ਨੂੰ ਮਤਲਬ ਹੈ ਹੁਣ ਬਾਂਬ ਫਿਸ਼ ਪੈਣਾ ਸ਼ੁਰੂ ਹੋ ਗਿਆ ਨੇ ਜੀ। ਕਾਕ ਡੁੱਬਾ ਹੁਣ ਤੱਕ ਨੇ ਕਿਹਾ ਬਾਂਬ ਫਿਸ਼ ਉਸੀ ਆ, ਬਾਂਬ ਨਹੀਂ ਹੈ ਜੀ, ਕੁਝ ਹੋਰ ਹੀ ਸ਼ਾਇਆ।
ਮਲੀ ਟਿੰਗਰਾ ਹੈ ਜੀ ਟਿੰਗਰਾ ਮਾਸ਼ਾਅੱਲਾ ਚੰਗਾ ਸਾਇਜ਼ ਜੀ ਬਿਲਕੁਲ ਛੋੜਾ ਜਿਹਾ ਨਾਲਾ ਜਨਾਬ ਆਏ ਕੀ ਕਰਾਓ ਜੀ ਆਵਾਮ ਦੀ ਅੱਲਾਹ ਹੈਰ ਕਰੇ ਕੱਢਣਾ ਬੜਾ ਤਰੀਕੇ ਲੈ ਪੇਸੀ ਜੀ ਅਜਾ ਡੋਰ ਕਿੰਨਾ ਪਿਆ ਡੋਰ ਕਿਨ ਸੀ ਕਿਆ ਵੀ ਤਗੜਾ ਆ ਸਾਈਜ਼ ਚੰਗਾ ਬੜੇ ਆਰਾਮਾ ਲੱਗਣਾ ਪਏ ਸੀ ਡੋਰ ਵੀ ਸਾਡੀ ਕਾਫੀ ਪੁਰਾਣੀ ਹੈ ਇਹ ਖਤਰਾ ਇਹ ਹੈ ਕਿ ਤਰੁੱਟੀ ਨਾ ਜਾਏ ਅੱਛਾ ਜੀ ਇਹ ਡੋਰ ਕਿੰਨਾ ਅਸਲ ਪਾਣੀ ਹੈ ਸਾਫ ਹੋ ਗਿਆ ਕਪੜਾ ਨਾ ਮੈਂ ਰਾਮਾ ਨਾਮ ਲੱਗਾ ਹਾਂ ਲੱਭ ਦਸੀ ਆ ਸਭ ਨਾ ਕਰਨੇ ਤੇ ਇਸੇ ਤੋਂ ਵੀ ਜਾਵਾਂ ਨਹੀਂ ਲੱਗਣਾ ਤਾਂ ਅਸਾਂ ਵੀ ਨਾ ਛੋੜਨੇ ਐ ਜੀ ਆਈ ਆ ਮਾਸ਼ਾਅੱਲਾ ਚੈੱਕ ਕਰੋ ਵਾਹ ਮਾਸ਼ਾਅੱਲਾ 2-2.5 ਕਿਲੋ ਨਾ ਪੀਸ ਹੈ ਜੀ ਈਜ਼ੀ ਜ਼ਬਰਦਸਤ ਇਹ ਥੱਕਿਆ ਦਾ ਬਾਹਰ ਲਿਖਦਾ ਐ ਜੀ ਛੋਟੇ ਨਾਲੇ ਨਾਲ ਸ਼ਿਕਾਰ ਇਸ ਜਾਣੇ ਨੇ ਠੀਕ ਹੈ ਕੁਝ ਵੀ ਲੱਗੀ ਸਕਣਾ ਹਾਂ ਕੁਝ ਵੀ ਹੋਈ ਸਕਣਾ ਇੱਥੇ ਠੀਕ ਹੈ ਜੀ ਕੁੰਡੀ ਜੇ ਇਸ ਕੀ ਲੱਗੀ ਸੀ ਨੱਕੇ ਵਿੱਚ ਤਾਂ ਕੁੰਡੀ ਵੀ ਤਕਰੀਬਨ 1 ਨੰਬਰ ਨਹੀਂ ਸਾਇਜ਼ ਨੱਕਾ 'ਚ ਲੱਗੀ ਤਾਂ ਬੱਚਤ ਹੋਏਗੀ ਨਹੀਂ ਤਾਂ ਇਹ ਲਿਕੜੀ ਜਾ ਯਾਰ ਠੀਕ ਹੈ ਜੀ ਚੱਲ ਹੋਈ ਨਹੀਂ ਹੋਰ ਆ ਚੱਕਾ ਕੇ ਡੋਈ ਖੜਿਆ ਖਾਲੀ ਹੈ ਖਾਲੀ ਹੈ ਹੋਰ ਚੱਲ ਜੀ ਹਾਂ ਜੀ ਦੋਸਤੋ ਹੁਣ ਵਾਪਸ ਆਈ ਗਈਆਂ ਜੀ ਕਾਰ ਸ਼ਿਕਾਰਿਆ ਪਰੋਂ ਕਿਉਂਕਿ ਬਾਰਿਸ਼ ਹੋਈ ਆ ਬਹੁਤ ਜ਼ਿਆਦਾ ਤੇਜ਼ ਅਤੇ ਕਿਸੇ ਕੋਲ ਪਾਣੀਆਂ ਪਾਣੀ ਖਲਤਾ ਵਾ ਤਾਂ ਮੈਂ ਬਸ ਮਸਲਾ ਨਹਾਈ ਤਾਂ ਹੂੰ ਜਨਾਬ ਜ਼ਰਾ ਬਾਹਰ ਲਿਖਦਾ ਹਾਂ ਤਾਂ ਮੈਂ ਚਲੋ ਵੀਡੀਓ ਨੂੰ ਅਖਤਿਤਾਮ ਵੀ ਇੱਥੇ ਹੀ ਕਰਸਾਂ ਅਤੇ ਮਾਸ਼ਾਅੱਲਾ ਜੀ ਕਈ ਜਾਣਾ ਲੱਗਾ ਤਕਰੀਬਨ ਸਿੰਘਾੜੇ ਨਾ ਤਾਂ ਇੱਕ ਬਾਂਬ ਫਿਸ਼ ਲੱਗੀ ਸੀ ਤਾਂ ਜਦ ਚਾਲਾਂ ਸਾਰੀਆਂ ਸਟਾਰਟ ਹੋਣੀਆਂ ਇੱਥੇ ਤਾਂ ਚੋਲ ਤਾਂ ਬੱਦਲ ਤਾਂ ਚੱਕੜ ਮੈਣਾ ਫਿਰ ਕੁਝ ਨਾ ਪੁੱਛੋ ਬੜੇ ਉਹੇ ਨੱਠੇ ਆ ਮੋਟਰਸਾਈਕਲ ਬੜੇ ਉਹੇ ਕੱਢੇ ਯਕੀਨ ਕਥੋਂ ਫਸੀ ਗਏ ਮੋਟਰਸਾਈਕਲ ਪਾਣੀਆਂ ਵਿੱਚ ਕਿਉਂਕਿ ਸਾਡੇ ਫੋਨ 'ਤੇ ਛਾਪੜਾ ਪਏ ਵੇ ਨਹੀਂ ਤਾਂ ਇੱਥੋਂ ਕੀ ਕਲਿੱਪ ਦਸਾਨ ਮੋਟਰਸਾਈਕਲਾਂ ਨੇ ਅਤੇ ਸ਼ਿਕਾਰ ਕਰਨਾ ਕੋਈ ਸੌਖੀ ਗੱਲ ਨਹੀਂ ਆ ਕੁਸਾ ਵਕਤ ਵੀ ਬੁਰਾ ਵਕਤ ਆ ਹੀ ਸਕਣਾ ਉੱਥੇ
तो चलो अल्लाह ताला नहीं रहमत है जी, बरसी है माशाल्लाह, गर्मी भी काफ़ी थी, ये चीज़ा ना लोनिया तो मज़ा ही ताइए छा। तो हूँ ही है जी कि माशाल्लाह हूँ अगला शिकार तुम दसा ही सकता है बच्चे पर नैक्सट शिकार भी। तो हूँ तुम को इंसान इजाजत, अल्लाह सुनने वाला है इंशाल्लाह, मिलता नैक्सट वीडियो में, फी मान अल्लाह।